ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਗੁਰਸਿੱਖ ਪਿਆਰੇ ਆਪਣੇ ਪਰਿਵਾਰ ਸਮੇਤ ਬੱਚਿਆਂ ਨਾਲ ਬੈਠ ਕੇ ਅਰਥਾਂ ਸਮੇਤ ਸਹਿਜ ਪਾਠ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਇੱਕ ਕੰਟੀਨਿਊ ਸੀਰੀਜ਼ ਸ਼ੁਰੂ ਕੀਤੀ ਗਈ ਹੈ ਅੱਧੇ ਘੰਟੇ ਦੀ ਵੀਡੀਓ ਤੁਸੀਂ ਗੁਰੂ ਦੇ ਪਿਆਰ ਵਿੱਚ ਆ ਕੇ ਫੋਲੋ ਕਰਨੀ ਹੈ ਨਾਲੇ ਤੇ ਪਾਵਨ ਪਵਿੱਤਰ ਗੁਰਬਾਣੀ ਦਾ ਸਹਿਜ ਪਾਠ ਹੋ ਜਾਏਗਾ ਨਾਲੇ ਅਰਥ ਸੁਣਦਿਆਂ ਸੁਣਦਿਆਂ ਸਾਡੇ ਅੰਦਰ ਇੰਸਟਾਲ ਹੋਣਗੇ ਇਸੇ ਸਮੇਂ ਵੀ ਇਸ ਅਰਥਾ ਸਮੇਤ ਸਹਿਜ ਪਾਠ ਦੇ ਪਿਛਲੇ ਐਪੀਸੋਡਸ ਦੇਖਣ ਵਾਸਤੇ YouTube ਦੇ ਗੁਰਗਿਆਨ ਟੀਵੀ ਤੇ ਜਾਣਾ ਇਹ ਲੋਗੋ ਤੁਹਾਨੂੰ ਦਿਖਾਈ ਦੇਗਾ ਗੁਰਗਿਆਨ ਟੀਵੀ ਦੇ ਅੰਦਰ ਇੱਕ ਪਲੇਲਿਸਟ ਹੈ SGGS ਸਹਿਜ ਪਾਠ ਵਿਦ ਮੀਨਿੰਗਸ ਉਸ ਵਿੱਚ ਸਾਰੇ ਐਪੀਸੋਡਸ ਤੁਹਾਨੂੰ ਮਿਲ ਜਾਣਗੇ ਜੇ ਤੁਸੀਂ ਹਾਲੇ ਤੱਕ ਗੁਰਗਿਆਨ ਟੀਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾ ਦੇਣਾ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਜਾਇਆ ਕਰੇ ਜਿਨ੍ਹਾਂ ਨੂੰ ਉਪਰਾਲਾ ਚੰਗਾ ਲੱਗਿਆ ਆਪਣੇ ਮਿੱਤਰਾਂ ਦੋਸਤਾਂ ਰਿਸ਼ਤੇਦਾਰਾਂ ਨੂੰ ਜ਼ਰੂਰ ਇਹ ਲਿੰਕ ਭੇਜਣਾ ਹਰ ਇੱਕ ਨੂੰ ਦੱਸਣਾ ਆਓ ਲਾਹੇ ਪ੍ਰਾਪਤ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਰਤਨ ਸਮੇਤ ਸਹਿਜ ਪਾਠ ਦੇ ਦਰਸ਼ਨ ਕਰ ਰਹੇ ਹਾਂ ਸੋਹਿਲਾ ਨਾਮ ਦੀ ਬਾਣੀ ਦਾ ਅੱਜ ਤੀਸਰਾ ਸ਼ਬਦ ਜਦੋਂ ਗੁਰੂ ਪਾਤਸ਼ਾਹ ਓਡੀਸਾ ਦੇ ਵਿੱਚ ਜਗਨਨਾਥਪੁਰੀ ਦੇ ਸਮੰਦਰ ਵਿੱਚ ਜਾਂਦੇ ਨੇ ਤਾਂ ਉੱਥੇ ਆਰਤੀ ਹੋ ਰਹੀ ਹੈ ਸਤਗੁਰੂ ਜੀ ਦੁਨਿਆਵੀ ਆਰਤੀਆਂ ਨੂੰ ਇਸ ਕਰਮकांड ਨੂੰ ਕੰਡੈਮ ਕਰਕੇ ਇਸ ਤੋਂ ਵੀ ਉੱਪਰ ਦੀ ਕਮਾਲ ਦੀ ਸੋਚ ਦੇ ਰਹੇ ਨੇ ਆਓ ਸਿੱਖਣ ਦਾ ਯਤਨ ਕਰੀਏ ਜੀ ਰਾਗ ਤਨਾਸਰੀ ਮਹਲਾ ਪਹਿਲਾ ਤਨਾਸਰੀ ਰਾਗ ਵਿੱਚ ਪਹਿਲੇ ਪਾਤਸ਼ਾਹ ਧੰਗ ਗੁਰਨਾਨਕ ਪਾਤਸ਼ਾਹ ਜੀ ਦਾ ਇਹ ਪਾਵਨ ਪਵਿੱਤਰ ਸ਼ਬਦ ਹੈ ਗगन ਮੈਂ ਥਾਲ ਰਾਵਤ ਚੰਦ ਦੀਪਕ ਬਨੇ ਸਾਰਕਾ ਮੰਡਲ ਜਨਕ ਮੋਤੀ ਇਹ ਜਿਹੜਾ ਆਕਾਸ਼ ਹੈ ਵਾਹਿਗੁਰੂ ਜੀ ਕੰਨੇ ਮਹਿਸੂਸ ਕਰਕੇ ਦੇਖੋ ਇਹ ਇੱਕ ਥਾਲ ਹੈ ਬਹੁਤ ਵੱਡਾ ਬਿਗ ਪਲੇਟ ਹੈ ਗਗਨ ਮੈਂ ਥਾਲ ਗਗਨ ਆਕਾਸ਼ ਰਾਵ ਚੰਦ ਚੰਦਰਮਾ ਤੇ ਜਿਹੜੇ ਸੂਰਜ ਨੇ ਇਹ ਦੋ ਦੀਵੇ ਜਗ ਰਹੇ ਨੇ ਸਾਰਕਾ ਮੰਡਲ ਜਨਕ ਮੋਤੀ ਇਹ ਜਿਹੜੀ ਗੈਲੈਕਸੀਜ਼ ਹੈ ਆਰੇ ਨੇ ਗੈਲੈਕਸੀਜ਼ ਸੁਪਰ ਗੈਲੈਕਸੀਜ਼ ਯੂਨੀਵਰਸ ਦੇ ਵਿੱਚ ਇਹ ਮੋਤੀ ਨੇ ਆਕਾਸ਼ ਰੂਪੀ ਥਾਲ ਵਿੱਚ ਰੱਖੇ ਹੋਏ ਆਹਾ ਹਾ ਸੂਪ ਮਾਲਿਆਨ ਲੋ ਪਵਨ ਚਬਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਜਿਹੜੇ ਪਹਾੜਾਂ ਵਿੱਚ ਚੰਦਨ ਦੇ ਬ੍ਰਿਕਸ਼ ਨੇ ਉਧਰੋਂ ਜਿਹੜੀ ਹਵਾ ਆ ਰਹੀ ਹੈ ਤੇ ਜਿੰਨੇ ਵੀ ਉਹ ਸੁਗੰਧੀਆਂ ਹਵਾ ਵਿੱਚ ਆ ਰਹੀਆਂ ਨੇ ਸਮਝ ਲਓ ਇਹ ਤੋਖ ਰਹੀ ਹੈ ਤੇ ਜਿਹੜੀ ਹਵਾ ਚੱਲ ਰਹੀ ਹੈ ਇਹ ਚਵਰ ਕਰ ਰਹੀ ਹੈ ਜਿਹੜੇ ਫੁੱਲ ਖਿੜੇ ਹੋਏ ਨੇ ਸਮਝ ਲਓ ਰੱਬ ਦੀ ਜੋਤ ਦਾ ਸੰਦੇਹ ਆ ਦੇ ਰਹੇ ਨੇ ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ ਹੈ ਵਾਹਿਗੁਰੂ ਜੀ ਕਿੰਨੇ ਕਮਾਲ ਦੀ ਬਿਸਮਾਤਾ ਭਰੀ ਵੰਡਰਫੁਲ ਤੁਹਾਡੀ ਆਰਤੀ ਹੋ ਰਹੀ ਹੈ ਜਿੱਥੇ ਇੱਕ ਪਾਸੇ ਰੱਬ ਦੀ ਆਰਤੀ ਆਟੋਮੈਟਿਕਲੀ ਹੋ ਰਹੀ ਹੈ ਦੂਸਰੇ ਪਾਸੇ ਅਨਹਤਾ ਸ਼ਬਦ ਵਜੰਤ ਭੇਰੀ ਰਹਾਉ ਹਰ ਇੱਕ ਦੇ ਅੰਦਰ ਜ਼ਮੀਰ ਦੀ ਆਵਾਜ਼ ਹੈ ਉਹ ਆਤਮਾ ਦੀ ਆਵਾਜ਼ ਪਰਮਾਤਮਾ ਦੀ ਆਵਾਜ਼ ਹੈ ਵਾਹਿਗੁਰੂ ਜੀ ਦੀ ਆਵਾਜ਼ ਹੈ ਇਹ ਅੰਦਰ ਭੇਰੀਆਂ ਵੱਜ ਰਹੀਆਂ ਨੇ ਭਾਪ ਸਾਜ ਵੱਜ ਰਹੇ ਨੇ ਪਿਆਰਤੀ ਹੁੰਦੀ ਸੀ ਨਾ ਛੋਟੇ ਛੋਟੇ ਨਗਾਰੇ ਵੱਜਦੇ ਇਹ ਅੰਦਰ ਵਾਹਿਗੁਰੂ ਜੀ ਦੀ ਆਵਾਜ਼ ਹਰ ਇੱਕ ਦੇ ਅੰਦਰ ਗੂੰਜਦੀ ਹੈ ਰੱਬੀ ਉਪਦੇਸ਼ ਜ਼ਮੀਰ ਦੀ ਆਵਾਜ਼ ਬਣ ਕੇ ਇਹ ਰਹਉ ਪਦਾ ਸਹਸ ਤਵਨੈਨ ਨਾਨਨ ਨੈਨ ਹੈ ਤੋਹਿ ਕੋ ਰਹਿਸ ਮੂਰਤ ਨਨਾਂ ਇਕ ਤੋਹੀ ਆਰਤੀ ਕਰਨ ਵੇਲੇ ਮੂਰਤੀ ਦੇ ਮੁਖ ਦੇ ਦਵਾਲੇ ਉਹਨਾਂ ਦੇ ਪੇਟ ਦੇ ਦਵਾਲੇ ਚਰਨਾਂ ਦੇ ਦਵਾਲੇ ਥਾਲ ਕਮਾਇਆ ਜਾਂਦਾ ਸੀ ਤੇ ਮੂਰਤੀ ਦੇ ਜਿਹੜੇ ਨੈਣ ਨਕਸ਼ ਮਹਾਂਦਰੇ ਨੇ ਉਹਨੂੰ ਭਗਵਾਨ ਦੇ ਅੰਗ ਪੈਰ ਮੰਨਿਆ ਜਾਂਦਾ ਸੀ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਸ ਸੰਸਾਰ ਵਿੱਚ ਵੇਖੋ ਰੱਬ ਦੇ ਅਣਗਿਣਤ ਹੀ ਅੱਖਾਂ ਨੇ ਉੰਜ ਇੱਕ ਵੀ ਕੋਈ ਅੱਖ ਨਹੀਂ ਜਿਹਨੂੰ ਅਸੀਂ ਕਹਿ ਸਕੀਏ ਆ ਰੱਬ ਦੀ ਅੱਖ ਹੈ ਸਹਿਸ ਤਵ ਨੈਣ ਸਹਿਸ ਤੇ ਅਰਥ ਅਣਗਿਣਤ ਅਣਗਿਣਤ ਉਹਦੇ ਨੇਤਰ ਨੇ ਅੱਖਾਂ ਨਨ ਨੈਣ ਹੈ ਤੋ ਇਹ ਕੋ ਉੰਜ ਇੱਕ ਵੀ ਨਹੀਂ ਕਿ ਜੇ ਤੁਸੀਂ ਕਹੋ ਵਿਜੀਬਲ ਪਾਰਟ ਵਿੱਚ ਆ ਰੱਬ ਦੀ ਅੱਖ ਹੈ ਉਹ ਜਿਹੜੀਆਂ ਅਣਗਿਣਤ ਨੇ ਉਹ ਕੀ ਹੈ ਕਿ ਜਿੰਨੇ ਵੀ ਲੋਕ ਦੇਖਦੇ ਨੇ ਉਹਦੇ ਵਿੱਚ ਜਿਹੜੀ ਜੋਤ ਹੈ ਵਾਹਿਗੁਰੂ ਜੀ ਦੀ ਹੈ ਵਾਹਿਗੁਰੂ ਜੀ ਅੱਖਾਂ ਵਿੱਚ ਦੀ ਦੇਖ ਰਹੇ ਆ ਉੰਜ ਰੱਬ ਦੀ ਇੱਕ ਵੀ ਮੂਰਤੀ ਨਹੀਂ ਵੀ ਆ ਰੱਬ ਦੀ ਮੂਰਤੀ ਹੈ ਉੰਜ ਸਹਸਮੂਰਤ ਆ ਜਿੰਨੇ ਵੀ ਪਸਾਰਾ ਹੈ ਇਸ ਸਭ ਉਹਦੀਆਂ ਝਲਕਾਂ ਨੇ। વૃક્ષ ਦੇ ਅੰਦਰ ਗ੍ਰੀਨਰੀ ਹੈ। ਉਹਦੇ ਅੰਦਰ ਗੁਣ ਨੇ ਸ਼ਾਂ ਦੇਣ ਦੇ ਫਲ ਦਿੰਦਾ ਏ, ਪਰਪਕਾਰ ਕਰਦਾ ਏ। ਇਹ ਰੱਬ ਦੀਆਂ ਝਲਕਾਂ ਨੇ। ਕੁਦਰਤ ਦੇ ਵਿੱਚੋਂ ਕਾਦਰ ਨੂੰ ਦੇਖਣਾ ਧਰਮ ਹੈ, ਮਹਿਸੂਸ ਕਰਨਾ ਧਰਮ ਹੈ, ਅਹਿਸਾਸ ਕਰਨਾ ਧਰਮ ਹੈ। ਕੁਦਰਤ ਦੇ ਹਰ ਵਰਤਾਰੇ ਵਿੱਚੋਂ ਵਾਹਿਗੁਰੂ ਜੀ ਨੂੰ ਮਹਿਸੂਸ ਕਰਕੇ ਆਨੰਦ ਰਸ ਮਾਨਣਾ ਇਹ ਅਸਲੀ ਧਰਮ ਹੈ। ਤੇ ਅਣਗਿਣਤ ਵਰਤਾਰੇ ਨੇ ਜਦੋਂ ਕੋਈ ਦੁੱਖਾਂ ਵਿੱਚ ਦੀ ਲੰਘਦਾ ਹੈ ਨਾ ਤੇ ਰੱਬ ਕਿਸੇ ਨਾ ਕਿਸੇ ਤਰੀਕੇ ਨਾਲ ਉਹਦੀ ਮਦਦ ਕਰਦਾ ਹੈ ਅਸੀਂ ਇਹ ਨਹੀਂ ਕਹਿ ਸਕਦੇ ਆਹ ਰੱਬ ਹੈ ਪਰ ਰੱਬ ਬੰਦਿਆ ਰਾਹੀ ਮਦਦ ਕਰ ਦਿੰਦਾ ਹੈ ਘਟਨਾਵਾਂ ਮਾਰਾਹੀ ਮਦਦ ਕਰ ਦਿੰਦਾ ਹੈ ਕਿਸੇ ਵਰਤਾਰੇ ਰਾਹੀ ਮਦਦ ਕਰ ਦਿੰਦਾ ਇਸ ਲਈ ਉਹਦੇ ਅਣਗਿਣਤ ਰੂਪ ਨੇ ਉਂਝ ਇੱਕ ਵੀ ਨਹੀਂ ਅਸੀਂ ਕਹੀਏ ਵੀ ਆਹ ਰੱਬ ਹੈ ਅਗਲੀ ਬਾਤ ਸਹਸ ਪਦ ਬੇਮਾਲ ਨਨ ਏਕ ਪਦ ਗਾਂਧ ਬਿਨ ਸਹਸ ਤਵ ਗੰਧ ਇਵ ਚਲਤ ਮੋਹੀ ਸਹਸ ਪਦ ਪਦ ਹੁੰਦਾ ਚਰਨ ਅਣਗਿਣਤ ਵਾਹਿਗੁਰੂ ਜੀ ਦੇ ਚਰਨ ਨੇ ਚਰਨ ਕਿਹੜੇ ਨੇ ਜਿੰਨੇ ਵੀ ਗੁਣ ਨੇ ਇਹ ਵਾਹਿਗੁਰੂ ਜੀ ਦੇ ਚਰਨ ਹੈ ਜਦੋਂ ਕਿਤੇ ਜ਼ਿਕਰ ਹੁੰਦਾ ਨਾ ਵਾਹਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਰਨਾ ਹੈ ਇਹਦਾ ਮਤਲਬ ਗੁਣਾਵਾਲਾ ਧਿਆਨ ਰੱਖਣਾ ਹੈ ਗੁਣਾਵਾਲਾ ਜੀਵਨ ਜਿਉਣਾ ਹੈ ਜਦੋਂ ਕਿ ਹੈ ਕਿ ਵਾਹਿਗੁਰੂ ਜੀ ਦੇ ਚਰਨਾਂ ਨੂੰ ਧੋ ਕੇ ਪੀਣਾ ਚਰਨਾਂ ਨੂੰ ਧੋ ਕੇ ਨਹੀਂ ਇਨ੍ਹਾਂ ਗੁਣਾ ਰਾਹੀ ਮਨ ਤੇ ਮਤ ਨੂੰ ਧੋਣਾ ਤੇ ਇਹ ਰਸ ਮੰਨਣਾ ਹੈ ਗੁਣਾ ਵਾਲੇ ਜੀਵਨ ਦਾ ਅਣਗਿਣਤ ਗੁਣ ਨੇ ਤੇ ਇਹ ਜਿੰਨੇ ਗੁਣ ਨੇ ਇਹ ਵਾਹਿਗੁਰੂ ਜੀ ਦੇ ਚਰਨ ਨੇ ਇਹ ਬਿਮਾਲ ਹੈ ਮੈਲੇ ਨਹੀਂ ਹੁੰਦੇ ਸਾਡੇ ਅੰਦਰ ਹੰਕਾਰ ਪੈਦਾ ਹੋ ਜਾਂਦਾ ਹੈ ਨਿਮਰਤਾ ਇੱਕ ਪਾਸੇ हट ਜਾਂਦੀ ਅੰਦਰ ਹੀ ਪਈ ਹੈ ਮੈਲੀ ਨਹੀਂ ਹੁੰਦੀ ਸਾਡੇ ਅੰਦਰ ਕਿਸੇ ਪ੍ਰਤੀ ਨਫ਼ਰਤ ਪੈਦਾ ਹੋ ਜਾਂਦੀ ਹੈ ਪਿਆਰ ਪਾਸੇ हट ਜਾਂਦਾ ਮੈਲਾ ਨਹੀਂ ਹੁੰਦਾ ਇਹ ਜਿਹੜੇ ਗੁਣ ਨੇ ਨਾ ਵਾਹਿਗੁਰੂ ਜੀ ਦੇ ਚਰਨ ਨੇ ਬਿਮਾਲ ਹੈ ਮੈਲੇ ਨਹੀਂ ਹੁੰਦੇ ਮਲ ਤੋਂ ਰਹਿਤ ਨਨ ਏਕ ਪਦ ਉਂਝ ਕੋਈ ਵੀ ਨਹੀਂ ਅਸੀਂ ਕਹਿ ਸਕੀਏ ਵਿਜੀਬਲ ਆ ਰੱਬ ਦਾ ਚਰਨ ਹੈ ਸਹਿਸ ਤਵ ਗੰਧ ਗੰਧ ਹੁੰਦਾ ਨੱਕ ਨੱਕ ਦੇ ਅੰਦਰ ਜਿਹੜੀ ਸੁੰਗਣ ਦੀ ਸ਼ਕਤੀ ਹੈ ਉਹ ਜਿਹੜੀ ਸ਼ਕਤੀ ਹੈ ਸਮਝ ਲੋ ਰੱਬ ਦੇ ਨੱਕ ਦੇ ਰੂਪ ਹੀ ਨੇ ਸਾਰੇ ਉੰਜ ਇੱਕ ਵੀ ਨਹੀਂ ਗੰਧ ਬਿਨ ਜਾਨੀ ਵਾਹਿਗੁਰੂ ਜੀ ਇਥੇ ਇਦਾਂ ਕਿਹਾ ਗਿਆ ਕਿ ਵਾਹਿਗੁਰੂ ਸੱਚੇ ਪਾਤਸ਼ਾ ਅੱਖਾਂ ਤੋਂ ਬਿਨਾ ਨੇ ਪਰ ਉਹਦੀ ਅਣਗਿਣਤ ਅੱਖਾਂ ਨੇ ਉਹ ਪੈਰਾਂ ਤੋਂ ਬਿਨਾ ਉੰਜੋ ਦੇ ਅਣਗਿਣਤ ਚਰਨ ਨੇ ਉਹ ਨੱਕ ਤੋਂ ਬਿਨਾ ਉੰਜੋ ਦੇ ਅਣਗਿਣਤ ਨੱਕ ਨੇ ਇਸ ਤਰੀਕੇ ਨਾਲ ਸਾਡੇ ਸਾਹਮਣੇ ਇੱਕ ਵੱਖਰਾ ਰੂਪ ਪੇਸ਼ ਕੀਤਾ। ਕਿ ਕਿ ਸਤਿਗੁਰੂ ਕਹਿੰਦੇ ਅਚਲਤਮੋਹੀ ਇਸ ਤਰ੍ਹਾਂ ਦੇ ਵਾਹਿਗੁਰੂ ਜੀ ਦੇ ਚਰਿਤਰਾ ਨੇ ਕੌਤਕਾ ਨੇ ਵਾਹਿਗੁਰੂ ਜੀ ਮੈਨੂੰ ਮੋਹ ਲਿਆ। ਤੇ ਮੈਨੂੰ ਮਹਿਸੂਸ ਹੋ ਰਿਹਾ ਹੈ ਮੈਨੂੰ ਸਮਝ ਆ ਰਹੀ ਹੈ ਸਭ ਮਹਿ ਜੋਤ ਜੋਤ ਹੈ ਸੋਏ ਵਾਹਿਗੁਰੂ ਜੀ ਤੁਹਾਡੀ ਜੋਤ ਸਾਰੇ ਅੰਦਰ ਹੈ। ਆਤਮਾ ਬਣ ਕੇ ਹਰ ਇੱਕ ਦੇ ਅੰਦਰ ਜੋਤ ਬੈਠੀ ਹੈ। ਇਹ ਜੋਤ ਸਰੀਰ ਤੋਂ ਵੀ ਪਹਿਲਾਂ ਮਾਤਾ ਦੇ ਗਰਭ ਵਿੱਚ ਆਉਂਦੀ ਹੈ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਇਹ ਸਰੀਰ ਆ ਮੇਰਿਆ ਹਰ ਤਮਹ ਜੋਤ ਰਖੀ ਤਾਂ ਤੂੰ ਜਗ ਮੈਂ ਆਇਆ ਅੰਦਰ ਸਰੀਰ ਬਣਦਾ ਹੈ ਉਹਦੇ ਵਿੱਚ ਜੋਤ ਟਿਕਦੀ ਹੈ ਜੋਤ ਬਾਦ ਉਹਦੇ ਅੰਦਰ ਮਨ ਬਣ ਜਾਂਦਾ ਹੈ ਇਹ ਮਾਤਾ ਦੇ ਗਰਭ ਵਿੱਚ ਹੀ ਸ਼ੁਰੂ ਹੋ ਜਾਂਦਾ ਹੈ ਹਰ ਇੱਕ ਦੇ ਅੰਦਰ ਆਪਣੀ ਜੋਤ ਹੈ ਇਸਦਾ ਚਾਨਣ ਸਭ ਮਹਿ ਚਾਨਣ ਹੋਏ ਰੱਬ ਦੀ ਜੋਤ ਅੰਦਰ ਹੈ ਉਸ ਕਰਕੇ ਮਨੁੱਖ ਦੇ ਅੰਦਰ ਇਹ ਦਿਮਾਗ ਰੂਪੀ ਸੋਝੀ ਹੈ ਚਾਨਣ ਇਸ ਚਾਨਣ ਦੇ ਵਿੱਚ ਜਿਉਂ-ਜਿਉ ਗੁਰੂ ਦੀ ਗੁਰਬਾਣੀ ਦੀਆਂ ਸਿੱਖਿਆਵਾਂ ਦਾ ਗਿਆਨ ਜਾਏਗਾ ਇਹ ਚਾਨਣ ਪ੍ਰਗਾਸ ਬਣਦਾ ਜਾਏਗਾ ਵਾਹਿਗੁਰੂ ਵਾਹਿਗੁਰੂ ਦੀ ਜੋਤ ਹਰ ਇੱਕ ਦੇ ਅੰਦਰ ਹੈ ਮਨ ਮਹਿਸੂਸ ਨਹੀਂ ਕਰ ਰਿਹਾ ਮਨ ਭੁੱਲ ਜਾਂਦਾ ਹੈ ਇਹ ਮਨ ਨੂੰ ਮਹਿਸੂਸ ਹੋਵੇ ਮਨ ਯਾਦ ਰੱਖੇ ਪਤਾ ਕਿਵੇਂ ਗੁਰ ਸਾਖੀ ਜੋਤ ਪ੍ਰਗਟ ਹੋਏ ਬਾਕੀ ਦੇ ਅਰਥ ਸਿੱਖਿਆ ਗੁਰੂ ਸਾਹਿਬ ਦੀ ਬਾਣੀ ਦੀਆਂ ਸਿੱਖਿਆਵਾਂ ਨੂੰ ਜ਼ਿੰਦਗੀ ਦੇ ਵਿੱਚ ਪ੍ਰੈਕਟੀਕਲ ਜਿਉਏਗਾ ਨਾ ਮਹਿਸੂਸ ਹੋਣ ਲੱਗ ਜਾਏਗਾ ਵਾਹਿਗੁਰੂ ਜੀ ਮੇਰੇ ਅੰਦਰ ਨੇ ਫਿਰ ਪਰਪਕਾਰ ਦੇ ਮਿਸ਼ਨ ਤੇ ਤੁਰੇਗਾ ਉਤਰਾ ਚੜਾ ਆਉਣਗੇ ਉਤਰਾ ਚੜਾ ਵਿੱਚੋਂ ਦੀ ਨਿਕਲ ਕੇ ਪਤਾ ਲੱਗੇਗਾ ਵਾਹਿਗੁਰੂ ਜੀ ਹੰਗ ਸੰਗ ਸਹਾਈ ਹੁੰਦੇ ਨੇ ਵਾਹਿਗੁਰੂ ਜੀ ਦੇ ਵਰਤਾਰੇ ਵਰਤ ਰਹੇ ਨੇ ਜੋ ਤੇ ਸੁਭਾਵ ਹੈ ਸੋ ਆਰਤੀ ਹੋਏ ਫਿਰ ਪਤਾ ਲੱਗਦਾ ਅਸਲੀ ਆਰਤੀ ਉਹ ਹੈ ਵਾਹਿਗੁਰੂ ਜੀ ਜਿਹੜਾ ਸੁਭਾਵ ਤੁਹਾਨੂੰ ਚੰਗਾ ਲੱਗਦਾ ਉਸ ਸੁਭਾਵ ਵਿੱਚ ਜਿਉਣਾ ਹੀ ਜ਼ਿੰਦਗੀ ਆਰਤੀ ਬਣ ਜਾਂਦੀ ਹੈ ਜਿਹੜੀ ਸੋਚ ਜਿਹੜੀ ਭਾਵਨਾ ਜਿਹੜੀ ਵਿਚਾਰਤਾਰਾ ਗੁਰਬਾਣੀ ਦੇ ਫਿੱਟ ਆਉਂਦੀ ਹੈ ਗੁਰਬਾਣੀ ਦੀਆਂ ਸਿੱਖਿਆਵਾਂ ਦੇ ਅਨੁਕੂਲ ਹੈ ਉਹ ਵਾਹਿਗੁਰੂ ਜੀ ਨੂੰ ਚੰਗੀ ਲੱਗਦੀ ਹੈ ਉਸ ਸੰਸਾਰ ਜੀਵਨ ਜਿਉਣਾ ਅਸਲੀ ਆਰਤੀ ਹੈ ਇਕੋ ਗੁਰੂ ਕੇ ਗੁਰਸਿੱਖਾਂ ਨੂੰ ਕਰਮਕਾਂਡ ਵਾਲੀ ਆਰਤੀ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਜੇ ਇਸ ਸ਼ਬਦ ਦੇ ਵਿੱਚ ਇਹਨਾਂ ਅਰਥਾਂ ਨੂੰ ਸਿੱਖ ਕੇ ਜ਼ਿੰਦਗੀ ਜਿਉਣੀ ਸਿੱਖ ਜਾਵੇ ਤੇ ਸਿੱਖ ਦਾ ਜੀਵਨ ਹੀ ਆਰਤੀ ਬਣਦਾ ਹੈ ਤੇ ਮਹਿਸੂਸ ਕਰਦਾ ਹੈ ਆਰਤੀ ਤਾਂ ਆਲਰੇਡੀ ਹੋ ਰਹੀ ਹੈ ਇਹ ਕਰਮਕਾਂਡ ਬਹਿਮ ਭਰਮ ਪਾਖੰਡ ਆਦਿਕ ਉਤਨਾ ਚਿਰ ਹੀ ਰਹਿੰਦੇ ਨੇ ਜਿੰਨਾ ਚਿਰ ਗੁਰੂ ਕੇ ਗੁਰਸਿੱਖ ਆਪ ਗੁਰਬਾਣੀ ਪੜ੍ਹ ਕੇ ਆਪ ਅਰਥ ਨਹੀਂ ਸਿੱਖਦੇ ਜਿਨ੍ਹੇ ਅਰਥਾਂ ਦੀ ਸਮਝ ਆਉਂਦੀ ਹੈ ਆਪਣੇ ਆਪ ਇਹ ਕਰਮ ਕਾਂਡ ਅੰਦਰੋਂ ਨਿਕਲ ਜਾਂਦਾ ਹੈ। ਸਾਰੇ ਚਰਣ ਕਮਲ ਮਕਰੰਦ ਲੋਬੇ ਤਮਨੋ ਆਨੰਦਨੋ ਮੋਇ ਆਹੀ ਪਿਆਸਾ ਆਪਾਂ ਹੁਣੀ ਸਿੱਖਿਆ ਵਾਹਿਗੁਰੂ ਜੀ ਦੇ ਚਰਣ ਗੁਣ ਨੇ। ਗੁਣਾ ਅਨੁਸਾਰ ਜੀਵਨ ਜਿਉਣ ਦਾ ਇੱਕ ਰਾਸ ਹੈ। ਵਾਹਿਗੁਰੂ ਜੀ ਦੇ ਗੁਣਾ ਨੂੰ ਵਰਤਣਾ ਤੇ ਜਿਉਂ ਵੀ ਪ੍ਰਾਪਤੀਆਂ ਹੋਣ ਸ਼ੁਕਰਾਨਾ ਕਰਨਾ ਕਿਉਂਕਿ ਵਾਹਿਗੁਰੂ ਜੀ ਦੇ ਗੁਣਾ ਨੂੰ ਵਰਤ ਕੇ ਇਹ ਬਖਸ਼ਿਸ਼ਾਂ ਦੇ ਨਾਲ ਪ੍ਰਾਪਤੀਆਂ ਹੋਈਆਂ ਨੇ ਇਹ ਜਿਹੜਾ ਰਸ ਹੈ ਨਾ ਸਤਿਗੁਰੂ ਕਹਿੰਦੇ ਮੇਰਾ ਮਨ ਇਸ ਰਸ ਦਾ ਲੋਭੀ ਹੋ ਗਿਆ ਤੇ ਦਿਨ ਰਾਤ ਅੰਦਰ ਪਿਆਸ ਲੱਗੀ ਹੋਈ ਹੈ ਵਾਹਿਗੁਰੂ ਜੀ ਦੇ ਸ਼ੁਕਰਾਨੇ ਦੇ ਰਸ ਵਿੱਚ ਜਿਉਣ ਦੀ ਵਾਹਿਗੁਰੂ ਜੀ ਦੇ ਪਿਆਰ ਦੇ ਰਸ ਵਿੱਚ ਜਿਉਣ ਦੀ ਵਾਹਿਗੁਰੂ ਜੀ ਦੇ ਗੁਣਾ ਨੂੰ ਪਰਪਕਾਰ ਲਈ ਵਰਤਣ ਦੇ ਰਸ ਵਿੱਚ ਜਿਉਣ ਦੀ ਅਰਦਾਸ ਕੀਤੀ ਕਿਰਪਾ ਜਾਲ ਦੇ ਨਾਨਕ ਸਾਰਿੰਗ ਕਾ ਕੋਈ ਜਾਤੇ ਤੇਰੇ ਨਾਏ ਵਾਸਾ ਨਾਨਕ ਸਾਰੰਗ ਆਪਣੇ ਆਪ ਨੂੰ ਨਾਨਕ ਕਹਿ ਕੇ ਕਹਿੰਦੇ ਮੇਰਾ ਮਨ ਪਪੀਹਾ ਹੋ ਗਿਆ ਚਾਤ੍ਰਿਕ ਸਾਰੰਗ ਹੁੰਦਾ ਪਪੀਹਾ ਜਿਹੜਾ ਜਲ ਨੂੰ ਲੋਚਦਾ ਸਮੰਤੀ ਬੂੰਦ ਨੂੰ ਲੋਚਦਾ ਹੈ ਸੇਵਾ ਗੁਰੂ ਜੀ ਤੁਹਾਡੀ ਬਖਸ਼ਿਸ਼ ਮੇਰੇ ਚਾਤ੍ਰਿਕ ਰੂਪੀ ਮਨ ਨੂੰ ਤੇਰੀ ਬਖਸ਼ਿਸ਼ ਦਾ ਰਾਸ ਹੀ ਕਿਰਪਾ ਦਾ ਜਲ ਹੈ ਇਹਦੇ ਨਾਲ ਹੀ ਮੇਰੇ ਮਨ ਵਿੱਚ ਤੇਰੇ ਗਿਆਨ ਰੂਪੀ ਨਾਮ ਦਾ ਵਾਸਾ ਹੁੰਦਾ ਹੈ ਇਸ ਪਿਆਸ ਦੇ ਨਾਲ ਹੀ ਗੁਰਬਾਣੀ ਦੀਆਂ ਸਿੱਖਿਆਵਾਂ ਚੰਗੀਆਂ ਲੱਗਣ ਲੱਗ ਜਾਂਦੀਆਂ ਨੇ ਕੋਸ਼ਿਸ਼ ਕਰੋ ਘਰਾਂ ਦਾ ਮਾਹੌਲ ਇਸ ਤਰ੍ਹਾਂ ਦਾ ਬਣਾਓ ਬੱਚੇ ਦੇ ਅੰਦਰ ਗੁਰਬਾਣੀ ਪੜ੍ਹਨ ਦਾ ਗੁਰਬਾਣੀ ਸੁਣਨ ਦਾ ਪਿਆਰ ਜਾਗ ਪਵੇ ਜਣਨ ਪਬੀ ਉਹ ਆਪੇ ਸਹਿਜ ਪਾਠ ਕਰੇ ਬੱਚੇ ਨੂੰ ਸਿੱਖੀ ਸਰੂਪ ਨਾਲ ਪਿਆਰ ਬਣ ਜਾਵੇ ਹਰ ਮਾਂ ਸਿੱਖੀ ਸਰੂਪ ਨਾਲ ਪਿਆਰ ਕਰੇ ਹਰ ਪਿਤਾ ਸਿੱਖੀ ਸਰੂਪ ਨਾਲ ਪਿਆਰ ਕਰੇ ਜਦੋਂ ਮਾਤਾ ਪਿਤਾ ਸਿੱਖੀ ਸਰੂਪ ਨਾਲ ਪਿਆਰ ਨਹੀਂ ਨਾ ਕਰਦੇ ਅਸੀਂ ਬੱਚੇ ਨੂੰ ਸਿੱਖੀ ਸਰੂਪ ਦੇ ਪਿਆਰ ਤੋਂ ਵਾਂਝਾ ਰੱਖ ਰਹੇ ਹਾਂ ਜੇ ਮਾਤਾ ਪਿਤਾ ਗੁਰਬਾਣੀ ਦੇ ਸਹਿਜ ਪਾਠ ਕਰਨ ਦਾ ਪਿਆਰ ਨਹੀਂ ਨਾ ਅੰਦਰ ਬਣਾਉਂਦੇ ਤਾਂ ਬੱਚੇ ਦੇ ਅੰਦਰੋਂ ਅਸੀਂ ਗੁਰਬਾਣੀ ਦੇ ਪਿਆਰ ਦਾ ਰਸ ਖੋਦ ਖੋ ਰਹੇ ਹਾਂ ਘਰ ਦਾ ਮਾਹੌਲ ਐਸਾ ਬਣਾਈਏ ਜਿੱਤਨਾ ਗੁਰਬਾਣੀ ਵੱਲ ਗੁਰਮਤ ਵੱਲ ਗੁਰੂ ਦੀ ਸਿੱਖੀ ਵੱਲ ਪਿਆਰ ਬਣੇਗਾ ਨਾ ਬਸ ਫਿਰ ਗਿਆਨ ਰੂਪੀ ਨਾਮ ਦਾ ਅੰਦਰ ਵਾਸਾ ਹੋਏਗਾ ਬੜੀਆਂ ਚੰਗੀਆਂ ਲੱਗਣਗੀਆਂ ਗੁਰਬਾਣੀ ਦੀਆਂ ਸਿੱਖਿਆਵਾਂ ਗੌੜੀ ਪੂਰਬੀ ਮਹਲਾ ਚੌਥਾ ਇਹ ਚੌਥਾ ਸ਼ਬਦ ਹੈ ਸੋਇਲਾ ਸਾਹਿਬ ਦਾ ਗੌੜੀ ਹੈ ਰਾਗ ਦੇ ਵਿੱਚ ਗੌੜੀ ਰਾਗ ਦੇ ਵਿੱਚ ਜਿਹੜਾ ਪੁਰਬ ਵਾਲੇ ਪਾਸੇ ਜਿਸ ਤਰੀਕੇ ਨਾਲ ਗਾਇਆ ਜਾਂਦਾ ਸੀ ਉਸ ਤਰੀਕੇ ਨਾਲ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਇਸ ਨੂੰ ਗਾਇਆ ਧੰਗੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਸ਼ਬਦ ਹੈ ਮਹਲਾ ਚੌਥਾ ਇਸ ਵਿੱਚ ਗੁਰਸਿੱਖ ਨੂੰ ਸਿਖਾਇਆ ਗਿਆ ਇਹ ਬਾਣੀ ਰਾਤ ਨੂੰ ਸੌਣ ਲੱਗਿਆਂ ਨਿਤਨੇਮ ਦੀ ਬਾਣੀ ਹੈ ਸੌਣ ਸਮੇਂ ਸੁਹੇਲਾ ਸਾਹਿਬ ਇਸ ਚੌਥੇ ਸ਼ਬਦ ਵਿੱਚ ਰਿਅਲਾਈਜ਼ ਹੁੰਦਾ ਹੈ ਕਿ ਮੇਰੇ ਅੰਦਰ ਕਮਜ਼ੋਰੀਆਂ ਨੇ ਮੇਰੇ ਸੁਭਾਅ ਵਿੱਚ ਬੇਕਾਰਾਂ ਦੀਆਂ ਲਹਿਰਾਂ ਉੱਠਦੀਆਂ ਨੇ ਰੀਲਾਈਜ਼ ਕੀਤਾ ਜਾਂਦਾ ਹੈ ਐਕਸੈਪਟ ਕੀਤਾ ਜਾਂਦਾ ਮੰਨਿਆ ਜਾਂਦਾ ਆਪਣੇ ਆਪ ਨੂੰ ਔਰ ਮੰਨ ਕੇ ਗੁਰੂ ਦੇ ਅੱਗੇ ਅਰਦਾਸ ਰੂਪੀ ਗੁਰੂ ਤੇ ਭਰੋਸਾ ਹੈ ਗੁਰੂ ਸਾਹਿਬ ਸਿਖਾਉਂਦੇ ਨੇ ਕਿਵੇਂ ਮੈਨੇਜ ਕਰਨਾ ਹੈ ਇਸ ਲਈ ਆਪਣੇ ਆਪ ਦੇ ਨਾਲ ਸੌਣ ਲੱਗਿਆਂ ਕੀ ਕਿਹਾ ਕਾਮ ਕਰੋ ਦਿਨ ਅਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਅੰਦਰ ਸਬਾਵੋ ਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਭਰਿਆ ਪਿਆ ਹੈ। ਇਥੇ ਸਾਧੂ ਦੇ ਅਰਥ ਹੈ ਗੁਰੂ ਸਾਹਿਬ ਗੁਰੂ ਨੂੰ ਮਿਲ ਕੇ ਖੰਡਲ ਖੰਡਾ ਹੈ। ਗੁਰੂ ਦੀਆਂ ਸਿੱਖਿਆਵਾਂ ਨੂੰ ਸਮਝਣਾ ਹੈ, ਅਰਥ ਸਿੱਖਣੇ ਨੇ, ਰਮਜ਼ਾਂ ਸਮਝਣੀਆਂ ਨੇ। ਜਿਹੜੇ ਉਪਦੇਸ਼ ਸਮਝ ਆ ਜਾਣ ਉਹਨਾਂ ਨੂੰ ਜ਼ਿੰਦਗੀ 'ਚ ਜਿਉਣਾ ਹੈ। ਖੰਡਲ ਖੰਡਾ ਹੈ। ਫਿਰ ਜਿਹੜਾ ਜਾਲ ਬੁਣਿਆ ਨਾ ਅੰਦਰ ਵਿਕਾਰਾਂ ਦੀਆਂ ਲਹਿਰਾਂ ਦਾ, ਵਿਕਾਰਾਂ ਦੀਆਂ ਸੋਚਾਂ ਦਾ ਇਹ ਜਾਲ ਫਿਰ ਹਿੰਡ ਜਾਂਦਾ ਏ ਇਹਨੂੰ ਮੈਨੇਜ ਕਰਨਾ ਆ ਜਾਂਦਾ ਏ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਕਰਨੀ ਅੰਦਰ ਤੜਫ ਬਣ ਜਾਂਦੀ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਬ ਮੰਡਲ ਮੰਡਾ ਹੈ ਪਰ ਸਸ ਕਿਵੇਂ ਚੱਲਦਾ ਹੈ ਪੂਰਵ ਲਿਖਤ ਲਿਖੇ ਪਹਿਲਾਂ ਵਿਚਾਰ ਲਿਖੇ ਜਾਂਦੇ ਨੇ ਇਹਨੂੰ ਸਮਝਿਓ ਅਸੀਂ ਆਮ ਤੌਰ ਤੇ ਪੂਰਵ ਨੂੰ ਜਨਮ ਤੋਂ ਪਹਿਲਾਂ ਜੋੜ ਲੈਨੇ ਆ ਤੇ ਅੱਗੇ ਨੂੰ ਮਰਨ ਤੋਂ ਬਾਅਦ ਜੋੜ ਲੈਨੇ ਆ ਨਹੀਂ ਪੂਰਵ ਵਿਧਾਰਥ ਹੈ ਪਹਿਲਾਂ ਜਿਸ ਤਰ੍ਹਾਂ ਦਾ ਮਾਹੌਲ ਹੋਏਗਾ ਨਾ ਉਸ ਤਰ੍ਹਾਂ ਦੇ ਸੁਭਾਅ ਵਿੱਚ ਸੰਸਕਾਰ ਬਣਨਗੇ ਜਿਸ ਤਰ੍ਹਾਂ ਦੀ ਚਾਰ ਸਫੇਰੇ ਸਰਕਮਸਟੈਂਸਸ ਹੋਣਗੇ ਉਸ ਤਰ੍ਹਾਂ ਦੇ ਸੋਚ ਵਿੱਚ ਸੰਸਕਾਰ ਬਣਨਗੇ ਜਦੋਂ ਅਸੀਂ ਗੁਰੂ ਦੀ ਬਾਣੀ ਪੜਾਂਗੇ ਅਰਥਾਂ ਸਮੇਤ ਪੜਾਂਗੇ ਫਿਰ ਗੁਰਬਾਣੀ ਦੀਆਂ ਸਿੱਖਿਆਵਾਂ ਦੀ ਆਪਸ ਵਿੱਚ ਵਿਚਾਰ ਚਰਚਾ ਕਰਾਂਗੇ ਗੁਰੂ ਦੇ ਵਿਰਸੇ ਬਾਰੇ ਆਪਸ ਵਿੱਚ ਗੱਲਾਂ ਕਰਾਂਗੇ ਫਿਰ ਅਸੀਂ ਗੁਰੂ ਦੇ ਇਤਿਹਾਸ ਨੂੰ ਪੜਾਂਗੇ ਇਤਿਹਾਸ ਬਾਰੇ ਆਪਸ ਵਿੱਚ ਗੱਲਾਂ ਕਰਾਂਗੇ ਤਾਂ ਪਹਿਲਾਂ ਇਹ ਸੰਸਕਾਰ ਲਿਖੇ ਜਾਂਦੇ ਨੇ ਅੰਦਰ ਪਿਆਰ ਲਿਖਿਆ ਜਾਂਦਾ ਹੈ ਅੰਦਰ ਸ਼ਰਧਾ ਵਿਸ਼ਵਾਸ ਸਿੱਧਕ ਲਿਖਿਆ ਜਾਂਦਾ ਹੈ ਅੰਦਰ ਇੱਕ ਰਸ ਬੜਨਾ ਸ਼ੁਰੂ ਹੋ ਜਾਂਦਾ ਹੈ ਪਹਿਲਾਂ ਇਹ ਲਿਖਤ ਲਿਖੀ ਜਾਂਦੀ ਹੈ ਫਿਰ ਗੁਰ ਪਾਇਆ ਫਿਰ ਗੁਰੂ ਦਾ ਉਪਦੇਸ਼ ਮਨ ਨੂੰ ਬੜਾ ਚੰਗਾ ਲੱਗਦਾ ਮਨ ਹਰ ਲਿਬ ਮੰਡਲ ਮੰਡਾ ਹੈ ਰੱਬ ਦੇ ਪਿਆਰ ਦੀ ਅੰਦਰ ਲਿਬ ਲੱਗ ਜਾਂਦੀ ਹੈ ਇਸ ਲਈ ਪਿਆਰਿਆ ਘਰ ਸਾਧੂ ਅੰਜਲੀ ਪੁੱਣ ਵੱਡਾ ਹੈ ਸਾਧੂ ਦੇ ਅਰਥਾ ਗੁਰੂ ਗੁਰੂ ਦੇ ਅੱਗੇ ਅੰਜਲੀ ਦੇ ਅਰਥਾ ਅਰਦਾਸ ਅਰਦਾਸ ਕਰ ਬਹੁਤ ਵੱਡਾ ਪੁੰਨ ਹੈ ਗੁਰੂ ਸਾਹਿਬ ਤੋਂ ਮੰਗਿਆ ਕਰ ਗੁਰਮਤਿ ਦੀ ਦਾਤ ਗੁਰੂ ਸਾਹਿਬ ਤੋਂ ਮੰਗਿਆ ਕਰ ਗੁਰਸਿੱਖੀ ਦੀ ਦਾਤ ਜਿੰਨਾ ਅੰਮ੍ਰਿਤ ਨਹੀਂ ਨ ਛਕਿਆ ਤੁਸੀਂ ਕਹਿੰਦੇ ਜੇ ਨਾ ਸਾਡਾ ਮਨ ਹੀ ਮੰਨਦਾ ਤੁਸੀਂ 10 ਦਿਨ ਲਗਾਤਾਰ ਮਨ ਨੂੰ ਕਹਿ ਕੇ ਤਾਂ ਦੇਖੋ ਮਨਾ ਮੰਨ ਜਾ ਮੈਂ ਅੰਮ੍ਰਿਤ ਛਕਣਾ ਤੇ ਗੁਰੂ ਦੇ ਅੱਗੇ ਅਰਦਾਸ ਕਰਕੇ ਦੇਖੋ ਇਹ ਦੋ ਯਤਨ ਕਰੋ ਗੁਰੂ ਸਹਿਬ ਨੂੰ ਕਹੋ ਸਤ ਗੁਰੂ ਜੀ ਮੈਨੂੰ ਅੰਮ੍ਰਿਤ ਦੀ ਦਾਤ ਦੇ ਦਿਓ ਗੁਰੂ ਦੇ ਅੱਗੇ ਮੰਗੋ ਤੇ ਮਨ ਨੂੰ ਕਹੋ ਇਹਨੂੰ ਕਹਿੰਦੇ ਨੇ ਅੰਜਲੀ ਇਹ ਹੈ ਅਰਦਾਸ ਮਨ ਦੀ ਅੰਜਲੀ ਕੀ ਹੈ ਮਨ ਦੀ ਅਰਦਾਸ ਮਨ ਦਾ ਮੰਗਣਾ ਬਹੁਤ ਵੱਡਾ ਪੁੰਨ ਹੈ ਮੰਗਿਏ ਗੁਰੂ ਸਾਹਿਬ ਤੋਂ ਉਹ ਦਾਤਾਂ ਜਿਹੜੀਆਂ ਅਰਦਾਸ ਵਿੱਚ ਲਿਖੀਆਂ ਗਈਆਂ ਸਿੱਖੀ ਦਾਨ ਰਹਿਤ ਦਾਨ ਪ੍ਰੋਸਾਦਾਨ ਵਿਸਾਹ ਦਾਨ ਬਿਬੇਕ ਦਾਨ ਦਾਣਾ ਸਰਦਾਨ ਨਾਮ ਦਾਨ ਸਿਰ ਅੰਮ੍ਰਿਤ ਸਰਜੀ ਦੇ ਇਸ਼ਨਾਨ ਚੌਕੀਆਂ ਚੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ જયਕਾਰ ਇਹ ਮੰਗਿਆ ਕਰੀਏ ਰੱਬ ਦੇ ਅੱਗੇ ਗੁਰੂ ਦੇ ਅੱਗੇ ਅਰਦਾਸ ਕਰਿਆ ਕਰ ਬੇਕਾਰਾਂ ਤੋਂ ਬਚ ਕੇ ਗੁਰਮਖ ਸੁਭਾਅ ਵਾਲਾ ਜੀਵਨ ਜਿਉਣਾ ਆ ਜਾਵੇ ਤੇ ਅਰਦਾਸ ਕਰਨ ਲੱਗਿਆ ਕਰ ਡੰਡਾ ਤ ਪੁੰਨ ਵੱਡਾ ਹੈ ਇਹ ਡੰਡਾਤ ਸ਼ਬਦ ਮਨ ਨੂੰ ਕਿਹਾ ਗਿਆ ਇਕ ਹੁੰਦਾ ਸਰੀਰ ਦੀ ਡੰਡਾ ਉਤ ਸਿੱਧਾ ਪੈ ਜਾਣਾ ਇਹ ਹਿੰਦੂਇਜ਼ਮ ਦਾ ਕਨਸੈਪਟ ਸੀ ਜਿਨ੍ਹਾਂ ਨੇ ਗੁਰਬਾਣੀ ਨੂੰ ਵਿਚਾਰਿਆ ਨਹੀਂ ਨਾ ਉਹ ਕਈ ਵਾਰੀ ਉਹ ਸਰੀਰ ਨਾਲ ਸਿੱਧਾ ਪੈਂਦੇ ਨੇ ਜੇ ਸਰੀਰ ਸਿੱਧਾ ਵੀ ਪੈ ਗਿਆ ਅੰਦਰ ਨਫ਼ਰਤ ਜੈਲਸ ਦੀ ਭਾਵਨਾ ਤਾਂ ਉਹੀ ਬੈਠੀ ਹੈ ਮਨ ਨੂੰ ਡੰਡੇ ਵਾਂਗੂ ਸਿੱਧਾ ਕਰਨਾ ਹੈ ਭਾਵ ਮਨ ਨਫ਼ਰਤ ਕਰਨ ਦੀ ਭਾਵਨਾ ਤੋਂ ਪਿੱਛੇ हट ਜਾਵੇ ਕਿਨਾਰਾ ਕਰੇ ਮਨ ਜੈਲਸ ਹੋਣ ਤੋਂ ਬਚੇ ਮਨ ਹੰਕਾਰ ਲੋਭ ਲਾਲਚ ਤੋਂ ਬਚੇ ਇਸ ਦੇ ਲਈ ਮਨ ਨੂੰ ਸਿੱਧਾ ਕਰਨ ਲਈ ਅਰਦਾਸ ਕਰ ਈਰਹਾਉ ਪਦਾਇ ਰਹਾਓ। ਭਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹਮੈਂ ਕੰਡਾ ਹੈ ਜਿਹੜਾ ਮਨ ਰੱਬ ਤੋਂ ਟੁੱਟ ਗਿਆ। ਐਸ ਲਈ ਲੈਣ ਲੱਗਿਆ ਰੱਬ ਦਾ ਪੈਈ ਕੋਈ ਨਹੀਂ। ਰੱਬ ਦੀਆਂ ਦਾਤਾਂ ਵਰਤ ਰਿਆ ਅੰਦਰ ਸ਼ੁਕਰਾਨਾ ਹੀ ਕੋਈ ਨਹੀਂ। ਗੁਰੂ ਵਾਲੇ ਪਾਸੇ ਗੁਰਸਿੱਖੀ ਗੁਰਮਤ ਗੁਰਬਾਣੀ ਨਾਲ ਪਿਆਰ ਹੀ ਕੋਈ ਨਹੀਂ ਉਹਨੂੰ ਕਹਿੰਦੇ ਨੇ ਸਾਖਤ ਸਾਖਤ ਹੋਣ ਕਰਕੇ ਹਰ ਰਸ ਸਾਧਨਾ ਜਾਣਿਆ ਇਹਨੂੰ ਰੱਬ ਦੇ ਰਸਤੇ ਦਾ ਰਸ ਹੀ ਨਹੀਂ ਆਇਆ ਸਵਾਦ ਹੀ ਨਹੀਂ ਆਇਆ ਅੰਦਰ ਹਉਮੈ ਦਾ ਕੰਡਾ ਹੈ ਜਿਉਂ-ਜਿਉਂ ਜ਼ਿੰਦਗੀ 'ਚ ਅੱਗੇ ਚੱਲਦੇ ਨੇ ਨਾ ਜਿਨ੍ਹਾਂ ਅੰਦਰ ਹਉਮੈ ਦਾ ਕੰਡਾ ਹੈ ਜਿਉਂ-ਜਿਉਂ ਚੱਲਾਂ ਹੈ ਚੁਬੈ ਕੀ ਚੁਬੈ ਉਹ ਕੰਡਾ ਹਉਮੈ ਦਾ ਕੰਡਾ ਜਿਉਂ-ਜਿਉਂ ਚੱਲਾਂ ਹੈ ਚੁਬੈ ਦੁੱਖ ਪਾਵਾਂ ਜਮ ਕਾਲ ਸਹੈਂ ਸਿਰ ਡੰਡਾ ਏ ਜਮ ਕਾਲ ਵਿਕਾਰ ਵਿਕਾਰ ਜ਼ਿੰਦਗੀ ਵਿੱਚ ਦੁੱਖ ਪੈਦਾ ਕਰ ਦਿੰਦੇ ਐ ਐਸਾ ਜ਼ਿੰਦਗੀ ਵਿੱਚ ਡੰਡਾ ਮਾਰਦੇ ਨੇ ਕਿ ਕਿਸੇ ਪਾਸੇ ਜੋਗਾ ਨਹੀਂ ਰਹਿੰਦਾ ਦੁੱਖ ਪਾਉਂਦੇ ਨੇ ਜਿਹੜੇ ਰੱਬ ਤੋਂ ਟੁੱਟ ਜਾਂਦੇ ਨੇ ਅੰਦਰ ਆਨੰਦ ਗਵਾ ਲੈਂਦੇ ਨੇ ਹਰ ਵੇਲੇ ਖਿਜਣਾ ਖਪਣਾ ਦੁਖੀ ਹੋ ਕੇ ਜਿਉਂਦੇ ਨੇ ਘਰ ਨੂੰ ਨਰਕ ਬਣਾ ਲੈਂਦੇ ਨੇ ਸਾਰੇ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਹਰੀ ਦੇ ਜਨ ਰੱਬ ਦੇ ਗਿਆਨ ਰੂਪੀ ਰੱਬੀ ਉਪਦੇਸ਼ ਰੂਪੀ ਨਾਮ ਦੇ ਵਿੱਚ ਸਮਾਏ ਰਹਿੰਦੇ ਨੇ ਗਿਆਨ ਰੂਪੀ ਨਾਮ ਕੀ ਗੁਰਬਾਣੀ ਦੀਆਂ ਸਿੱਖਿਆਵਾਂ ਰੱਬੀ ਉਪਦੇਸ਼ ਗੁਰਬਾਣੀ ਦੀਆਂ ਸਿੱਖਿਆਵਾਂ ਨੇ ਫਿਰ ਉਹ ਰੱਬ ਦੇ ਨਿਜ਼ਮ ਨੂੰ ਗੁਰਬਾਣੀ ਚੋਂ ਸਮਝਦੇ ਨੇ ਏ ਵੀ ਹੁਕਮ ਰੂਪੀ ਵੀ ਨਾਮ ਹੈ ਇਸ ਨਾਮ ਦੇ ਵਿੱਚ ਸਮਾ ਜਾਣਾ ਕੀ ਹੈ ਉਹਦੇ ਨਿਯਮ ਵਿੱਚ ਜਿਉਣਾ ਤੇ ਗੁਰਬਾਣੀ ਦੀਆਂ ਸਿੱਖਿਆਵਾਂ ਵਿੱਚ ਜਿਉਣ ਦਾ ਆਪਣੇ ਆਪ ਵਿੱਚ ਫਖਰ ਮਹਿਸੂਸ ਕਰਨਾ ਸ਼ੁਕਰ ਮਹਿਸੂਸ ਕਰਨਾ ਸਿੱਖਿਆਵਾਂ ਅਨਸਾਰ ਜਿਉਣ ਦਾ ਇੱਕ ਰਾਸ ਆ ਜਾਣਾ ਉਹਨੂੰ ਕਹਿੰਦੇ ਨੇ ਸਮਾ ਜਾਣਾ ਫਿਰ ਹਰੀ ਦੇ ਸੇਵਕ ਬਣ ਜਾਂਦੇ ਨੇ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵਖੰਡਾ ਹੈ ਸਾਡੇ ਅੰਦਰ ਗੁਣ ਮਰ ਜਾਂਦੇ ਨੇ ਬਿਕਾਰਾਂ ਦਾ ਜਨਮ ਹੋ ਜਾਂਦਾ ਕਦੀ ਕਿਸੇ ਨਾਲ ਬਣਦੀ ਸੀ ਬੜੀ ਸਾਂਝੀ ਪਿਆਰ ਸੀ ਪਿਆਰ ਮਰ ਗਿਆ ਕੋਈ ਵੀ ਕਾਰਨ ਹੋ ਸਕਦਾ ਹੈ ਰਿਸ਼ਤਾ ਟੁੱਟ ਜਾਂਦਾ ਹੈ ਪਰ ਨਫ਼ਰਤ ਨਹੀਂ ਆਉਣੀ ਚਾਹੀਦੀ ਆਖਵਾ ਇਹ ਨਫ਼ਰਤ ਦਾ ਜਨਮ ਹੋ ਗਿਆ ਫਿਰ ਅੰਦਰ ਜਨਮ ਮਰਨ ਹੋ ਗਿਆ ਸਬਰ ਸੰਤੋਖ ਬਣਿਆ ਰਵੇ ਤੇ ਲੋਭ ਲਾਲਚ ਆ ਗਿਆ ਨਾ ਗਲਤ ਤਰੀਕੇ ਨਾਲ ਪੈਸੇ ਕਮਾਉਣ ਲੱਗ ਗਿਆ ਨਾ ਤੇ ਫਿਰ ਅੰਦਰ ਜਨਮ ਮਰਨ ਹੋ ਗਿਆ ਜਿਹੜਾ ਅੰਦਰਲਾ ਜਨਮ ਮਰਨਾ ਹੈ ਇਹ ਬੜਾ ਦੁਖੀ ਕਰਦਾ ਹੈ ਜਿੰਦਗੀ ਨੂੰ ਸਫਲ ਨਹੀਂ ਹੋਣ ਦਿੰਦਾ ਤੇ ਹਰੀ ਦੇ ਜਨ ਇਸ ਜਨਮ ਮਰਨ ਨੂੰ ਗੁਰਬਾਣੀ ਦੀਆਂ ਸਿੱਖਿਆਵਾਂ ਅਨੁਸਾਰ ਮਿਟ ਲੈਂਦੇ ਨੇ ਕੋਈ ਗੱਲ ਨਹੀਂ ਕਿਸੇ ਨਾਲ ਰਿਸ਼ਤਾ ਨਹੀਂ ਨਿਭਿਆ ਮੈਂ ਉਹਦੇ ਨਾਲ ਨਫ਼ਰਤ ਨਹੀਂ ਕਰਨੀ ਕਿਸੇ ਨੇ ਮੇਰਾ ਵਿਰੋਧ ਕੀਤਾ ਹੈ ਕਿਸੇ ਨੇ ਨਿੰਦਾ ਕੀਤੀ ਹੈ ਕਿਸੇ ਨੇ ਧੋਖਾ ਦਿੱਤਾ ਹੈ ਪਰ ਮੈਂ ਬਦਲਾ ਲਊ ਭਾਵਨਾ ਨਹੀਂ ਰੱਖਣੀ ਉਹਨੇ ਮੇਰੇ ਨਾਲ ਧੋਖਾ ਕੀਤਾ ਉਹਨੇ ਮੇਰਾ ਨੁਕਸਾਨ ਕੀਤਾ ਉਹਨੇ ਮੇਰੀ ਨਿੰਦਾ ਕੀਤੀ ਉਹਨੇ ਵਿਰੋਧ ਕੀਤਾ ਜੇ ਮੈਂ ਵੀ ਬਦਲਾ ਲੂ ਭਾਵਨਾ ਰੱਖਾਂਗਾ ਤੇ ਮੇਰਾ ਤੇ ਉਹਦਾ ਫਰਕ ਕੀ ਰਹਿ ਗਿਆ ਕਿਦਾਂ ਗੁਰਬਾਣੀ ਨੇ ਅੰਦਰ ਚੇਤਨਾ ਦੇਣੀ ਹੈ ਤੇ ਗੁਰਬਾਣੀ ਦੀਆਂ ਸਿੱਖਿਆਵਾਂ ਗਿਆਨ ਰੂਪੀ ਨਾਮ ਹੈ ਇਸ ਗਿਆਨ ਰੂਪੀ ਨਾਮ ਨੇ ਅੰਦਰ ਸੋਜੀ ਦਾ ਪ੍ਰਕਾਸ਼ ਕਰਨਾ ਤੇ ਇਹਦੇ ਨਾਲ ਅੰਦਰਲਾ ਜਨਮ ਮਰਨ ਜਿਹੜਾ ਨਾ ਉਹ ਪਪਜਲ ਕੰਡਨ ਹੋ ਜਾਂਦਾ ਹੈ ਅਬినాਸ਼ੀ ਪੁਰਖ ਪਾਇਆ ਪਰਮੇਸ਼ਰ ਬਹੁ ਸ਼ੋਭਖੰਡ ਬ੍ਰਹਮੰਡਾ ਹੈ ਫਿਰ ਕਦੀ ਵੀ ਨਾ ਖਤਮ ਹੋਣ ਵਾਲੇ ਸਦਾ ਰਹਿਣ ਵਾਲੇ ਅਬਨਾਸ਼ੀ ਪੁਰਖ ਵਾਹਿਗੁਰੂ ਜੀ ਉਹਨਾਂ ਨੂੰ ਫਿਰ ਹਾਜ਼ਰ-ਨਾਜ਼ਰ ਮਹਿਸੂਸ ਹੁੰਦਾ ਹੈ ਵਾਹਿਗੁਰੂ ਜੀ ਅੰਗ ਸੰਗ ਨੇ ਫਿਰ ਪਤਾ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਮੇਰੀ ਉਹਨਾਂ ਨੇ ਨਿੰਦਾ ਕੀਤੀ ਸੀ ਜਿਸ ਤਰੀਕੇ ਨਾਲ ਮੇਰਾ ਉਹਨਾਂ ਨੇ ਨੁਕਸਾਨ ਕੀਤਾ ਸੀ ਜਿਸ ਤਰੀਕੇ ਨਾਲ ਮੇਰਾ ਉਹਨਾਂ ਨੇ ਮੇਰੇ ਨਾਲ ਮੇਰੇ ਪਰਿਵਾਰ ਨਾਲ ਧੱਕਾ ਕੀਤਾ ਸੀ ਜੇ ਵਾਹਿਗੁਰੂ ਜੀ ਬਖਸ਼ਿਸ਼ ਨਾ ਕਰਦੇ ਤਾਂ ਅੰਦਰ ਨਫ਼ਰਤ ਪੈਦਾ ਹੋ ਜਾਣੀ ਸੀ ਸ਼ੁਕਰ ਮੇਰੇ ਵਾਹਿਗੁਰੂ ਦਾ ਵਾਹਿਗੁਰੂ ਜੀ ਨੇ ਮੈਨੂੰ ਬਦਲਾ ਲੂ ਭਾਵਨਾ ਤੋਂ ਬਚਾ ਲਿਆ ਕੋਈ ਗੱਲ ਨਹੀਂ ਉਹ ਗਲਤੀਆਂ ਕਰ ਗਏ ਨੇ ਤਾਂ ਕੀ ਹੋ ਗਿਆ ਤੀਨੂ ਕਹਿੰਦੇ ਨੇ ਪਰਮੇਸ਼ਰ ਨੂੰ ਪਾ ਲਿਆ ਫਿਰ ਖੰਡਾ ਬ੍ਰਹਮੰਡਾ ਵਿੱਚ ਐਸੇ ਸੁਭਾਅ ਦੀ ਐਸੇ ਜੀਵਨ ਦੀ ਸ਼ੁਭਾ ਹੁੰਦੀ ਹੈ ਇਹ ਪ੍ਰਾਪਤ ਕਰਨ ਵਾਸਤੇ ਅਰਦਾਸ ਕਰਨੀ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਰਾਖ ਰਾਖ ਬੜ ਬੰਦਾ ਹੈ ਵਾਹਿਗੁਰੂ ਜੀ ਅਸੀਂ ਗਰੀਬ ਹਾਂ ਨਿਮਾਣੇ ਹਾਂ ਗੁਨਾ ਤੋ ਸਖਣੇ ਹਾਂ ਸੋਜੀ ਨਹੀਂ ਕਿਰਪਾ ਕਰੋ ਰੱਖ ਲੋ ਵਾਹਿਗੁਰੂ ਜੀ ਬਖਸ਼ਿਸ਼ ਕਰੋ ਕੁਰਬਾਨੀ ਦੀਆਂ ਸਿੱਖਿਆਵਾਂ ਮ ਕੁਰਬਾਨੀ ਦੇ ਅਰਥ ਕੁਰਬਾਨੀ ਦਾ ਗਿਆਨ ਅੰਦਰੋਂ ਸਮੇ ਸਮੇ ਤੇ ਰਹਿਨਮਾਈ ਕਰੇ ਵਾਹਿਗੁਰੂ ਜੀ ਕਿਰਪਾ ਕਰਨੀ ਕੁਰਬਾਨੀ ਦੀਆਂ ਸਿੱਖਿਆਵਾਂ ਅਨਸਾਰ ਮੇਰੀ ਮੱਤ ਫੈਸਲੇ ਲਵੇ ਵਾਹਿਗੁਰੂ ਜੀ ਉਸ ਤਰੀਕੇ ਦੇ ਫੈਸਲੇ ਲਵੇ ਜਿਹੜੇ ਤੁਹਾਨੂੰ ਚੰਗੇ ਲੱਗਦੇ ਇਸ ਤਰ੍ਹਾਂ ਦੀ ਅਰਦਾਸ ਕਰਨੀ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਹਰੀ ਦਾ ਨਾਮ ਰਬੀ ਉਪਦੇਸ਼ ਰਬੀ ਗਿਆਨ ਹਰੀ ਦਾ ਨਾਮ ਗਿਆਨ ਰੂਪੀ ਨਾਮ ਗੁਰਬਾਣੀ ਦੀਆਂ ਸਿੱਖਿਆਵਾਂ ਇਹੋ ਹੀ ਟੇਕ ਹੈ ਇਹੋ ਹੀ ਆਸਰਾ ਹੈ ਇਸੇ ਨੇ ਜੀਵਨ ਨੂੰ ਸਿੱਧੇ ਪਾਸੇ ਤੋਰਨਾ ਹੈ ਇਸੇ ਨੇ ਸੋਝੀ ਦੇਣੀ ਹੈ ਕਿ ਜ਼ਿੰਦਗੀ ਕਿਵੇਂ ਜਿਉਣੀ ਹੈ ਸੋਈਲਾ ਸਾਹਿਬ ਦਾ ਆਖਰੀ ਪੰਜਵਾਂ ਸ਼ਬਦ ਰਾਗ ਗੌੜੀ ਪੂਰਵੀ ਮਹਲਾ ਪੰਜਵਾਂ ਇਹ ਵੀ ਗੌੜੀ ਰਾਗ ਦੇ ਵਿੱਚ ਜਿਹੜਾ ਪੂਰਬ ਵਾਲੇ ਪਾਸੇ ਜਾਇਆ ਜਾਂਦਾ ਸੀ ਪੰਚਮ ਪਾਦਸ਼ਾਹ ਇਸ ਰਾਗ ਵਿੱਚ ਸ਼ਬਦ ਨੂੰ ਗਾਉਂਦੇ ਸੀ ਇਹ ਸ਼ਬਦ ਪੰਚਮ ਪਾਦਸ਼ਾ ਦਾ ਕਰਮ ਬੇਨਾਂਤੀ ਸੁਣ ਮੇਰੇ ਮੀਤਾ ਸੰਤ ਟਹਿਲ ਕੀ 베ਲਾ ਜਿਹੜੀ ਕਿਰਿਆ ਹੁੰਦੀ ਹੈ ਨਾ ਕਰਨਾ ਸੁਣਨਾ ਇਹਦਾ ਨੁਕਤਾ ਯਾਦ ਰੱਖਿਓ ਜੇ ਕਿਰਿਆ ਦੇ ਖੀਰ ਤੇ ਔਂਕੜ ਹੈ ਤਾਂ ਇਹਦੇ ਅਰਥ ਹੁੰਦੇ ਮੈਂ ਕਰਦਾ ਹਾਂ ਜੇ ਅਖੀਰ ਤੇ ਹੋੜਾ ਹੋਵੇ ਆਹੇ ਨੂੰ ਔਂਕੜ ਹੋਵੇ ਤਾਂ ਫਿਰ ਹੁੰਦਾ ਤੁਸੀਂ ਕਰੋ ਕਮਾਂਡ ਵੋਕੇਟਿਵ ਕੇਸ ਹੁੰਦਾ ਅਸੀਂ ਆਮ ਤੌਰ ਤੇ ਕਰੋ ਬੇਨਤੀ ਸੁਣੋ ਮੇਰੇ ਮੀਤਾ ਪੜਦੇ ਆਂ ਕਰੋ ਬੇਨਤੀ ਮੈਂ ਬੇਨਤੀ ਕਰਦਾ ਹਾਂ ਸੁਣੋ ਮੇਰੇ ਮੀਤਾ ਹੈ ਮੇਰੇ ਮਿੱਤਰ ਗੁਰਸਿੱਖੋ ਤੁਸੀਂ ਸੁਣੋ ਇਹ ਗੁਰਬਾਣੀ ਗ੍ਰੈਮੈਟੀਕਲ ਫਾਰਮਸ ਨੇ ਇਹਦੇ ਬਾਰੇ ਅਲੱਗ ਸੀਰੀਜ਼ ਆਉਣ ਵਾਲੇ ਦਿਨਾਂ ਤੱਕ ਤੁਹਾਡੇ ਤੱਕ ਪਹੁੰਚੇਗੀ ਗੁਰੂ ਸਾਹਿਬ ਕਹਿੰਦੇ ਮੈਂ ਬੇਨਤੀ ਕਰਦਾ ਮੇਰੇ ਮਿੱਤਰ ਗੁਰਸਿੱਖੋ ਸੁਣੋ ਇਹ ਜਿਹੜਾ ਜੀਵਨ ਹਨ ਸੰਤ ਟਹਿਲ ਕੀ ਵੇਲਾ ਸੰਤ ਪਰਉਪਕਾਰੀ ਜੀਵਨ ਹੁੰਦਾ ਹੈ ਪਰਉਪਕਾਰੀ ਗੁਰਸਿੱਖ ਗੁਰਮੁਖ ਸੁਭਾਅ ਵਾਲਾ ਗੁਰਸਿੱਖ ਜੋ ਬਾਬੇ ਨਾਨਕ ਦੇ ਪਰਉਪਕਾਰ ਦੇ ਮਿਸ਼ਨ ਤੇ ਤੁਰੇ ਉਹਨਾਂ ਦੀ ਸੇਵਾ ਕੀ ਹੁੰਦੀ ਹੈ ਮਦਦ ਕਰਨੀ ਤੇ ਮਦਦ ਉਹਨਾਂ ਨੂੰ ਕਿਸ ਚੀਜ਼ ਦੀ ਕਰਨੀ ਹੈ ਮਿਸ਼ਨ ਦੇ ਵਿੱਚ ਜਿੰਨੀਆਂ ਲੋੜਾਂ ਹੁੰਦੀਆਂ ਨੇ ਉਹਦੀ ਮਦਦ ਕਰਨੀ ਹੈ ਜੇ ਸਿੱਖ ਸਿੱਖ ਦੇ ਮਿਸ਼ਨ ਲਈ ਮਦਦ ਕਰਨ ਲੱਗ ਜਾਵੇ ਨਾ ਕੌਮ ਦੀ ਚੜ੍ਹਦੀ ਕਲਾ ਹੋ ਜਾਏਗੀ ਜੇ ਮੈਂ ਬੇਨਤੀ ਕਰਾਂ ਕੋਸ਼ਿਸ਼ ਕਰੋ ਕਦੀ ਵੀ ਚੰਗੇ ਕੰਮ ਕਰਨ ਵਾਲਿਆਂ ਦੇ ਗਿੱਟੇ ਨਾ ਖਿੱਚੋ ਸਿੱਖ ਸਿੱਖ ਦੇ ਗਿੱਟੇ ਕਦੀ ਨਾ ਖਿੱਚੇ ਸਿੱਖ ਸਿੱਖ ਨੂੰ ਚੰਗੇ ਕੰਮਾਂ ਵਾਸਤੇ ਕਦੀ ਰੁਕਾਵਟ ਨਾ ਪਾਵੇ ਸਗੋਂ ਇਹ ਜੀਵਨ ਮਦਦ ਕਰਨ ਦਾ ਸਪੋਰਟ ਕਰਨ ਦਾ ਸਮਾਂ ਹੈ ਸੰਤ ਟਹਿਲ ਕੀ ਵੇਲਾ ਦੇ ਅਰਥ ਹੈ ਜਿਹੜੇ ਗੁਰਸਿੱਖ ਗੁਰਮਖ ਸੁਭਾਅ ਵਾਲੇ ਪਰਵਕਾਰੀ ਮਿਸ਼ਨ ਤੇ ਸੰਤ ਸੁਭਾਅ ਵਾਲੇ ਗੁਰਸਿੱਖ ਤੁਰਦੇ ਨੇ ਨਾ ਉਹਨਾਂ ਦੀ ਸਪੋਰਟ ਕਰਨੀ ਚਾਹਲ ਮਦਦ ਕਰਨੀ ਇहां ਖਾਟ ਚਲੋ ਹਰਲਾਹਾ ਆ ਗਿਆ ਵਸਨ ਸਹੇਲਾ ਜਿਵੇਂ ਅਸੀਂ ਇਸ ਤਰ੍ਹਾਂ ਦੀ ਸਪੋਰਟ ਕਰਾਂਗੇ ਨਾ ਸਾਡੇ ਮਨ ਅੰਦਰ ਵੀ ਜਜ਼ਬਾ ਜਾਗੇਗਾ ਪਿਆਰ ਜਾਗੇਗਾ ਤੇ ਸਾਡੇ ਮਨ ਨੂੰ ਫਿਰ ਫਿਊਚਰ ਦੇ ਵਿੱਚ ਇਸ ਗੁਰੂ ਦੇ ਰਸ ਵਿੱਚ ਟਿਕਣਾ ਸੌਖਾ ਹੋ ਜਾਏਗਾ ਆਧ ਕਟੈ ਦਿਨ ਸਰਣਾਰੇ ਜ਼ਿੰਦਗੀ ਦੀ ਵੈਲਿਊ ਸਮਝੀਏ ਨਿਤ ਸਾਡੀ ਉਮਰ ਘਟ ਰਹੀ ਹੈ ਦਿਨ ਵਿੱਚ ਵੀ ਉਮਰ ਘਟ ਜਾਂਦੀ ਹੈ 12 ਘੰਟੇ ਰਾਤ ਨੂੰ ਵੀ 12 ਘੰਟੇ ਘਟ ਜਾਂਦੀ ਹੈ ਦਿਨਸ ਰਹਿਣਾਰੇ ਮਨ ਗੁਰਮਿਲ ਕਾਜ ਸਵਾਰੇ ਰਹਾਉ ਰਹਾਉ ਪਦ ਐ ਮਨ ਗੁਰੂ ਨੂੰ ਮਿਲ ਕੇ ਜ਼ਿੰਦਗੀ ਸਫਲ ਕਰਨ ਦਾ ਕਾਰਜ ਸਵਾਰ ਗੁਰੂ ਨੂੰ ਮਿਲ ਕੇ ਗੁਰਮਖ ਹੋ ਕੇ ਜਿਉਣ ਦਾ ਕਾਰਜ ਸਵਾਰ ਲੈ ਬਾਬੇ ਨਾਨਕ ਦੇ ਮਿਸ਼ਨ ਤੇ ਪਰਉਪਕਾਰੀ ਬਣ ਕੇ ਤੁਰਨ ਦਾ ਕਾਰਜ ਸਵਾਰ ਨਹੀਂ ਤਾਂ ਇਹ ਸੰਸਾਰ ਬੇਕਾਰ ਸੰਸੇਮ ਹੈ ਸਾਰੇ ਉਹ ਬ੍ਰਹਮ ਗਿਆਨੀ ਇਹ ਜਿਹੜਾ ਸੰਸਾਰ ਹਨ ਵਿਕਾਰਾਂ ਦੀਆਂ ਲਹਿਰਾਂ ਨੇ ਜਿੱਤੇ ਹਰ ਵੇਲੇ ਤੋਖਲੇ ਨੇ ਘਰੇਗਾ ਕੌਣ ਬ੍ਰਹਮ ਗਿਆਨੀ ਜੀ ਨੇ ਬ੍ਰਹਮ ਦੇ ਗਿਆਨ ਨਾਲ ਸਾਂਝ ਪਾਲੀ ਗੁਰਬਾਣੀ ਬ੍ਰਹਮ ਦਾ ਗਿਆਨ ਹੈ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਸਮਝਣਾ ਬ੍ਰਹਮ ਦੇ ਗਿਆਨ ਨੂੰ ਸਮਝਣਾ ਹੈ ਇਹਨਾਂ ਸਿੱਖਿਆਵਾਂ ਅਨਸਾਰ ਜਿਉਣਾ ਬ੍ਰਹਮ ਦੇ ਗਿਆਨ ਨਾਲ ਸਾਂਝ ਪਾਉਣਾ ਹੈ ਹਰ ਗੁਰਸਿੱਖ ਨੇ ਇਸ ਬ੍ਰਹਮ ਦੇ ਗਿਆਨ ਨਾਲ ਗੁਰਬਾਣੀ ਦੀਆਂ ਸਿੱਖਿਆਵਾਂ ਦੇ ਗਿਆਨ ਨਾਲ ਸਾਂਝ ਪਾਉਣੀ ਹੈ ਫਿਰ ਵਾਹਿਗੁਰੂ ਜੀ ਬਖਸ਼ਿਸ਼ ਕਰਦੇ ਨੇ ਅੰਦਰ ਚੇਤਨਾ ਆਉਂਦੀ ਹੈ ਅੰਦਰੋਂ ਜਾਗਦਾ ਹੈ ਜਿਸਹ ਜਗਾਏ ਪੀਆ ਵਾ ਇਹ ਰਸ ਅਕਥ ਕਥਾ ਤਿੰਜਾਨੀ ਜਿਨ੍ਹਾਂ ਨੂੰ ਵਾਹਿਗੁਰੂ ਜੀ ਜਗਾ ਦਿੰਦੇ ਨੇ ਉਹਨਾਂ ਨੂੰ ਫਿਰ ਇਹ ਰਸ ਆਉਂਦਾ ਹੈ ਬਾਬੇ ਨਾਨਕ ਦੇ ਪਰਪਕਾਰ ਦੇ ਮਿਸ਼ਨ ਤੇ ਤੁਰਦਾ بڑا ਰਸ ਆਉਂਦਾ ਹੈ ਵਰਮਖ ਸਵਾਉ ਵਾਲਾ ਜੀਵਨ ਜਿਉਣ ਤੇ بڑا ਰਸ ਆਉਂਦਾ ਹੈ ਫਿਰ ਇਸ ਰਸ ਦੇ ਵਿੱਚ ਕਥ ਕਥਾ ਦਨ ਜਾਨੀ ਫਿਰ ਜਿਹੜੇ ਵਰਤਾਰੇ ਨੇ ਨਾ ਰੱਬ ਦੇ ਉਹ ਕਥਨ ਵਿੱਚ ਨਹੀਂ ਆਉਂਦੇ ਪਿਆਰੋ ਪ੍ਰੈਕਟੀਕਲ ਜਿਹੜੇ ਮੰਨਦੇ ਨੇ ਨਾ ਉਹਨਾਂ ਨੂੰ ਮਹਿਸੂਸ ਹੁੰਦੇ ਨੇ ਜਾ ਕੋ ਆਏ ਸੋਈ ਬਿਹਾਜ ਜਾਓ ਹਰ ਗੁਰ ਤੇ ਮਨ ਹੈ ਬਸੇਰਾ ਅਸੀਂ ਆਏ ਹਾਂ ਗੁਰਮਤ ਸੁਭਾਉ ਦਾ ਬਣਜ ਕਰਨ ਵਾਸਤੇ ਅਸੀਂ ਮੇਰੇ ਗੁਰੂ ਤੋਂ ਗੁਰਮਤ ਵਾਲੀ ਗੁਰਮਤ ਸੁਭਾਉ ਵਾਲੀ ਜੀਵਨ ਯੋਗਤ ਪਰਉਪਕਾਰੀ ਜੀਵਨ ਯੋਗਤ ਦਾ ਵਪਾਰ ਕਰਨ ਵਾਸਤੇ ਹੀ ਜ਼ਿੰਦਗੀ ਦੀ ਅਸਲੀ ਮਹੱਤਤਾ ਹੈ ਤੇ ਇੱਕ ਗੁਰੂ ਨੂੰ ਮਿਲ ਕੇ ਇਹ ਵੰਨਸ ਕਰਨਾ ਤੇ ਮਨ ਇਸ ਰਾਸ ਵਿੱਚ ਬਸਣਾ ਸਿੱਖ ਜਾਵੇ ਨਿੱਜ ਘਰ ਮਹਿਲ ਪਾਵਉ ਸੁਖ ਸਹਜੇ ਬਹਰ ਨਾ ਹੋਏ ਕੋ ਫੇਰਾ ਸਾਡਾ ਅਸਲੀ ਮਹਿਲ ਕੀ ਹੈ ਗੁਰਮਖ ਸੁਭਾਉ ਅਸਲੀ ਮਹਿਲ ਹੈ ਗੁਰਮਤ ਵਾਲੀ ਸੋਚ ਸਾਡਾ ਅਸਲੀ ਮਹਿਲ ਕੀ ਹੈ ਸਿੱਖੀ ਦਾ ਮਿਸ਼ਨ ਪਰਵਕਾਰ ਵਾਲਾ ਮਿਸ਼ਨ ਜਦੋਂ ਇਹ ਆਦਤ ਪੱਕ ਗਈ ਨਾ ਮਨ ਨੂੰ ਇੱਕ ਟਿਕਾਣਾ ਮਹਿਲ ਮਿਲ ਗਿਆ ਇਰਾਸ ਮਿਲ ਗਿਆ ਨਾ ਬੋਰਨਾ ਹੋਏਗਾ ਫੇਰਾ ਫਿਰ ਉਹਦਾ ਕ ਸੰਗ ਵਾਲੇ ਪਾਸੇ ਦੂਜੇ ਪਾਸੇ ਫੇਰਾ ਨਹੀਂ ਪੈਂਦਾ ਬਚ ਜਾਂਦਾ ਹੈ ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਸਾਡੇ ਦਿਲਾਂ ਦੀਆਂ ਜਾਣਨ ਹਾਰ ਸਾਡੀ ਕਿਸਮਤ ਦੇ ਵਿਧਾਤੇ ਵਾਹਿਗੁਰੂ ਜੀ ਸਾਡੀ ਸ਼ਰਧਾ ਨੂੰ ਪੂਰੇ ਕਰਨ ਵਾਲੇ ਵਾਹਿਗੁਰੂ ਜੀਓ ਅਰਦਾਸ ਹੈ ਨਾਨਕ ਦਾਸ ਇਹ ਹੈ ਸੁਖ ਮੰਗੈ ਮੁਕ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਰੱਬੀ ਮਿਸ਼ਨ ਤੇ ਤੁਰਨ ਦਾ ਰਾਸ ਬਖਸ਼ ਦਿਓ ਗੁਰੂ ਦੇ ਦੱਸੇ ਹੋਏ ਰਸਤੇ ਤੇ ਜੀਵਨ ਜਿਉਣ ਦਾ ਗੁਰਮਖ ਸਵਾਭਾਵ ਵਾਲੇ ਜੀਵਨ ਜਿਉਣ ਦੀ ਯੁਗਤ ਬਖਸ਼ ਦਿਓ ਬਸ ਇਹੀ ਰਾਸ ਇਹੀ ਸੁਖ ਮੰਗਦਾ ਹਾਂ ਸੰਤਨ ਕੀ ਧੂਰੇ ਚੰਗੇ ਗੁਰਸਿੱਖਾਂ ਨੂੰ ਸਤਕਾਰ ਦੇਣ ਦੀ ਭਾਵਨਾ ਆ ਜਾਵੇ ਤੇ ਅੰਦਰ ਨਿਮਰਤਾ ਆ ਜਾਵੇ ਇਹਨੂੰ ਕਹਿੰਦੇ ਨੇ ਸੰਤਨ ਕੀ ਧੂਰੇ ਪਰਪਕਾਰੀ ਗੁਰਸਿੱਖਾਂ ਨੂੰ ਸਤਕਾਰ ਦੇਈਏ ਚੰਗੇ ਕੰਮ ਕਰਨ ਵਾਲਿਆਂ ਨੂੰ ਸਤਿਕਾਰ ਦੇਈਏ ਮਨ ਵਿੱਚ ਨਿਮਰਤਾ ਰੱਖੀਏ ਰੋਜ਼ਾਨਾ ਐ ਸੋਇਲਾ ਸਾਹਿਬ ਦੀ ਬਾਣੀ ਰਾਤ ਨੂੰ ਸੌਂਦੇ ਹਾਂ ਦਿਨ ਵਿੱਚ ਜਿਉਂਿਆ ਕਰੀਏ ਭੁੱਲਾਂ ਚੁੱਕਾਂ ਦੀ ਖਿਮਾ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨ ਵਿੱਚ ਸੁਣ ਸਭ ਸ਼ਬਦ